हेलो, मेरा नाम चौधरी रजिंदर निजर हैगा ते मैं पंडूरी निजर दा जट हैगा। मैं अपनी जाति ते बासी दसना जड़ी कि होन दे जी ओदे नाल मैं अपनी पछाण दसना ते बंदे दा पुत्तर बनदा ते इहनू कहिंदे ब्रह्म के बेटे। आ जिहड़ा आदम जिहड़ा सीगा ब्रह्मा ने पैदा कीता ना, ते आदम दे विच तुसीं ਤੁਹਾਡੇ ਕੋਲ ਸ਼ਰਮ ਆਉਂਦੀ ਹੈਗੀ ਤੇ ਧਰਮ ਜਿਹੜਾ ਹੈਗਾ ਪਾਰ ਬ੍ਰਹਮ ਤੋਂ ਮਿਲਦਾ। ਤੇ ਜਦੋਂ ਮੈਂ ਬ੍ਰਹਮ ਦਾ ਬੇਟਾ ਬਣਦਾ ਤੇ ਮੈਨੂੰ ਫਿਰ ਸ਼ਬਦ ਦੀ ਪਛਾਣ ਹੁੰਦੀ ਹੈਗੀ। ਤੇ ਇਹ ਜਿਹੜਾ ਮੈਂ ਕਰ ਰਿਹਾ ਹੈਗਾ ਸਲੋਕ ਸਤਿਗੁਰੂ ਅਮਰਦੇਵ ਜੀ ਦੇ, ਜਿਹੜੇ ਕਿ ਜਿਨ੍ਹਾਂ ਨੇ ਦੁਬਧਾ ਪੰਨੀ ਜਿਹੜੀ ਸਿੱਖੀ ਹੈਗੀ ਬੜੀ ਕਾਮਲ ਹੈਗੀ। ਸਤਿਗੁਰੂ ਨਾਨਕ ਦੇਵ ਜਿਹੜੇ ਸੀਗੇ ਸੈਕਿੰਡ ਕਮਿੰਗ ਆਫ ਜੀਸਸ, ਇਹਨਾਂ ਨੇ ਆਮ ਦਿੱਤਾ ਪ੍ਰਚਾਰ ਲੋਕਾਂ ਨੂੰ, ਚਿੱਟਾ ਦਿੱਤਾ ਨਾਮ ਦਾ। ਫਿਰ ਸਤਿਗੁਰੂ ਅੰਗਦ ਦੇਵ ਜੀ ਨੇ ਉਹ ਸਿੱਖੀ ਤਿਆਰ ਕੀਤੀ, ਉਹ ਸਟੂਡੈਂਟ ਉਹ ਜਿਹੜੇ ਸੀਗੇ ਸਿੱਖ ਉਹ ਕੀਤੇ ਤਿਆਰ ਜਿਹੜੇ ਕਿ ਬਾਣੀ ਸਮਝ ਸਕਣ, ਯਾਨੀ ਕਿ ਉਹਨਾਂ ਦੀ ਹੋਮੇ ਮਾਈ ਕੁੱਟ ਕੁੱਟ ਕੇ। ਸਤਿਗੁਰੂ ਅੰਗਦ ਦੇਵ ਜੀ ਕੁਸ਼ਤੀਆਂ ਕਰਾਉਂਦੇ ਹੁੰਦੇ ਸੀਗੇ ਤੇ ਜਿੱਦਾਂ ਆਪਣੇ ਬੱਚਿਆਂ ਨੂੰ ਦੇਈਦੇ ਨਾ ਖੀਰ, ਏਦਾਂ ਖੀਰ ਖਿਲਾਉਂਦੇ ਸੀਗੇ। ਤੇ ਉਹ ਚੰਗੇ ਪਹਿਲਵਾਨ ਸੀਗੇ ਤੇ ਨਿਆਣੇ ਜਿਹੜੇ ਸੀਗੇ ਉਹਨਾਂ ਦੇ ਘੜੇ ਭੰਨ ਦਿੰਦੇ ਸੀਗੇ, ਉਹਨਾਂ ਨੂੰ ਕੌੜਾ ਬਚਨ ਨਹੀਂ ਸੀ ਬੋਲਦੇ। ਤੇ ਸਤਿਗੁਰੂ ਅੰਗਦ ਦੇਵ ਜੀ ਕੋਸ਼ਿਸ਼ ਕੀਤੀ, ਉਹਨਾਂ ਨੇ ਸ਼ਿਕਾਇਤ ਵੀ ਇੱਦਾਂ ਹੋ ਜਾਂਦਾ ਹੈਗਾ, ਉਹ ਕਹਿੰਦੇ ਤੁਸੀਂ ਪਿੱਤਲ ਦੀਆਂ ਗਾਗਰਾਂ ਵਰਤ ਲਓ, ਚਲੋ ਮਰਨ ਦੇ ਉਹਨਾਂ ਨੂੰ ਬੱਠੇ, ਪਰਮਾਤਮਾ ਆਪੇ ਉਹਨਾਂ ਨੂੰ ਸੋਧੇਗਾ। ਤੇ ਉਹਨਾਂ ਨੇ ਹੋਮੇ ਮਾਰੀ, ਹੋਮੇ ਮਾਰ ਕੇ ਤੇ ਫਿਰ ਉਹਨਾਂ ਨੂੰ ਜਾਗ੍ਰਿਤ ਕੀਤਾ, ਏਕ ਪਿਤਾ ਹਮ ਬਾਰੇ ਕੁਛ ਕੀ, ਉਹਨਾਂ ਨੇ ਆਹ ਕੀਤਾ ਨਾ ਕੰਮ। ਹੈਗਾ ਰਾਮ ਰਾਜੇ, ਤੇ ਰਾਮ ਰਾਜੇ ਚ ਵੜਨ ਲਈ ਤੁਹਾਨੂੰ ਪਹਿਲਾਂ ਇੱਥੇ ਆਪਣੀ ਹੋਮੇ ਮਾਰਨੀ ਪੈਂਦੀ ਗੀ। ਜਿਹੜਾ ਬੀਜ ਹੈਗਾ ਨਾ ਜਾਤ ਦਾ ਬੀਜ ਬੀਜਣਾ ਪੈਂਦਾ ਹੈਗਾ, ਇਹੋ ਜਾਤ ਇਹੋ ਬੀਜ ਹੈ, ਇਹ ਲਿਖਿਆ ਨਾ ਬਾਣੀ ਚ, ਇਹ ਇੱਥੇ ਬੀਜਣਾ ਪੈਂਦਾ ਹੈਗਾ। ਇਹਦੇ ਚ ਫਿਰ ਪੌਦਾ ਨਿਕਲੇਗਾ, ਪੌਦਾ ਜਿਹੜਾ ਹੈਗਾ ਉਹ ਸੁਰਤੀ ਵਾਲਾ ਆਦਮੀ ਹੈਗਾ, ਜਿਹੜਾ ਬੀਜ ਹੈਗਾ ਉਹ ਸੁਰਤੀ ਨਹੀਂ ਉਹਦੇ ਕੋਲ ਹੈਗੀ, ਉਹ ਨਹੀਂ ਸਮਝ ਸਕਦਾ ਬਾਣੀ, ਉਹ ਹੋਮੇ ਹੋਮੇ ਕਰਦਾ ਮੈਂ ਹੂੰ, ਮੈਂ ਜੱਟ ਦਾ ਪੁੱਤ ਹੈਗਾ, ਮੈਂ ਪਠਾਨ ਦਾ ਪੁੱਤ, ਮੈਂ ਚੂੜੇ ਦਾ ਪੁੱਤ, ਮੈਂ ਚਮਾਰ ਦਾ ਪੁੱਤ, ਏਦਾਂ ਉਹ ਰੋਹ ਪਾਉਂਦਾ ਲੋਕਾਂ 'ਤੇ। ਜਦੋਂ ਇਹ ਜਾਤ ਦੀ ਜਿਹੜੀ ਹੋਮੇ ਮਰ ਜਾਏ ਤੇ ਫਿਰ ਆਪਣੇ ਉਹਨੂੰ ਸੁਰਤੀ ਆਉਂਦੀ, ਫਿਰ ਆ ਜਿਹੜਾ ਨੈਰੋ ਗੇਟ ਹੈਗਾ ਇਹਦੇ ਵਿੱਚ ਦੀ ਲੰਘ ਕੇ ਤਾਂ ਇੱਥੇ ਰਾਮ ਰਾਜੇ ਪਹੁੰਚਦਾ, ਇੱਥੇ ਤੁਹਾਡੀ ਰੂਹ ਜਿਹੜੀ ਹੈਗੀ ਉਹਦਾ ਤੁਰਲਕ ਹੈਗਾ, ਜਿਸਮ ਦਾ ਨਹੀਂ ਹੈਗਾ। ਤੇ ਇੱਥੇ ਜਿਹੜੀ ਕਿ ਜਿਹੜੀ ਤੁਹਾਡੀ ਰੂਹ ਹੈਗੀ ਉਹ ਹੈਗਾ, ਇਹਦੇ ਏਕ ਪਿਤਾ ਹਮ ਬਾਰੇ ਕੁਛ ਕਿਉਂ, ਏਕ ਰੂਹ ਦਾ ਪਿਤਾ, ਤੇ ਉਹਦੇ ਅਸੀਂ ਸਾਰੇ ਬੱਚੇ ਹੈਗੇ। ਇੱਥੇ ਹਰ ਇੱਕ ਆਪਣੇ ਆਪਣੇ ਪਿਓ ਦਾ ਹੈਗਾ, ਕੋਈ ਜੱਟ ਦਾ, ਕੋਈ ਝੂੜੇ ਕਹੋ ਚਮਾਰ ਦਾ, ਕੋਈ ਖੱਤੇ ਕਹੋ ਲੁਹਾਰ ਤਰਖਾਨ, ਇਹ ਸਾਰੇ ਹੈਗੇ ਨੇ। ਇੱਥੇ ਜਦੋਂ ਤੁਸੀਂ ਆਪਣੀ ਬੀਜ ਦੇ ਨਾਲ ਨਾ ਫਿਰ ਸੁਰਤੀ ਨਾਲ ਤੁਸੀਂ ਅੰਦਰ ਇੱਥੇ ਵੜਨਾ ਹੈਗਾ ਜੀ। ਇੱਥੇ ਹਰ ਇੱਕ ਭਗਤ ਨੇ ਆਪਣੀ ਜਾਤ ਦੱਸੀ ਹੈਗੀ, ਜਾਤ ਜਿਹੜੀ ਹੋਗੀ ਇਹ ਕੱਚਾ ਪਿਓ ਹੈਗਾ, ਪੱਕਾ ਪਿਓ ਦਾ ਬਣਨਾ ਤੇ ਪਹਿਲਾਂ ਕੱਚੀ ਇੱਟ ਹੋਏਗੀ ਤੇ ਪੱਕੀ ਇੱਟ ਬਣੇਗੀ। ਜੇ ਕੱਚਾ ਪਿਓ ਹੀ ਤੁਸੀਂ ਨਹੀਂ ਹੈ ਜੀ ਤੁਹਾਡੇ ਕੋਲ, ਪੱਕਾ ਕਿਧਰੋਂ ਲੈ ਲਓਗੇ? ਇਸ ਕਰਕੇ ਪਹਿਲਾਂ ਆਪਣੀ ਜਾਤ ਦਾ ਬਣੋ, ਬੀਜ ਹੋਏਗਾ ਤੇ ਪੌਦਾ ਬਣੇਗਾ, ਫਿਰ ਤੁਸੀਂ ਅੰਦਰ ਆਰਾਮ ਰਾਜ ਚਾਹੋਗੇ। ਇੱਥੇ ਜਿਹੜਾ ਹੈਗਾ ਉਲਟੀ ਹੈਗੀ, ਜੋ ਚੀਜ਼ ਇੱਥੇ ਕਰਦਾ ਹਿੰਦੂ ਕਰਦਾ ਹੈਗਾ, ਸਿੱਖ ਉਲਟੀ ਕਰਦਾ ਹੈਗਾ। ਹਿੰਦੂ ਹੈਗਾ ਜੇ ਉਹਦੇ ਤੁਸੀਂ ਚਪੇੜ ਮਾਰੋ ਉਹਨੇ ਚਾਰ ਮਾਰਨੀ ਹੈ ਤੁਹਾਡੇ, ਸਿੱਖ ਹੈਗਾ ਉਹਦੇ ਚਪੇੜ ਮਾਰੋ ਉਹਨੇ ਦੂਜੀ ਗੱਲ ਕਰਨੀ ਹੈਗੀ, ਉਲਟੀ ਪਈ, ਯਾਨੀ ਕਿ ਉਹਨੂੰ ਜਿਹੜੀ ਕਿ ਦੁਨੀਆਂ ਦੀ ਜਿਹੜੀ ਹੈਗੀ ਮਾਇਆ ਮੂਆ ਉਹ ਨਹੀਂ ਉਹਨੂੰ ਚਾਹੀਦੀ, ਉਹਨੂੰ ਪਾਰ ਬ੍ਰਹਮ ਦੀ ਮਾਇਆ ਚਾਹੀਦੀ ਹੈਗੀ। ਇਸੇ ਕਰਕੇ ਪਹਿਲਾਂ ਜਿਹੜਾ ਸਤਿਗੁਰੂ ਸੀ ਜੀ ਦੇ ਉਹਦੇ ਜਿਹੜੇ ਸੀਗੇ ਕੰਮ ਨੇ, ਉਹਨਾਂ ਨੇ
ਘਰ ਬਾਰ ਸਭ ਵੇਚ ਦਿੱਤਾ ਸੀਗਾ ਤੇ ਫਿਰ ਉਹ ਇਕੱਠੇ ਹੋ ਗਏ ਸੀਗੇ ਤੇ ਉਹ ਇਕੱਠੇ ਹੋ ਕੇ ਤੇ ਆਪਣੀ ਕਮਾਈ ਕਰਦੇ ਸੀ ਤੇ ਨਾਲੇ ਫਿਰ ਉਹ ਸ਼ਬਦ ਦੀ ਸ਼ਬਦ ਦੀਆਂ ਵਿਚਾਰਾਂ ਕਰਦੇ ਸੀਗੇ ਸਮਝਦੇ ਸੀਗੇ ਇਹ ਹੈਗਾ ਆਪਣੇ ਉਲਟੀ ਬਈ ਯਾਨੀ ਕਿ ਜਿਹੜੀ ਚੀਜ਼ ਹੋਣੀ ਚਾਹੀਦੀ ਉਹਦੇ ਤੋਂ ਉਲਟੀ ਜਿਹੜਾ ਸਿੱਖ ਦੂਜਾ ਪੰਥ ਹੈਗਾ ਹਿੰਦੂ ਪਹਿਲਾ ਪੰਥ ਹੈਗਾ ਤੀਜਾ ਪੰਥ ਖਾਲਸਾ ਹੈਗਾ ਫਿਰ ਉਲਟੀ ਹੋ ਜਾਂਦੀ ਹੈ ਸਿੱਖ ਨੇ ਸੇਵਾ ਕਰਨੀ ਭਾਈ ਕਨ੍ਹਈਆ ਤੇ ਖਾਲਸੇ ਨੇ ਕਿਰਪਾਨ ਬੋਣੀ ਉਲਟੀ ਫਿਰ ਚੌਥਾ ਪੰਥ ਹੈਗਾ ਨਿਰਮੇ ਸੰਥ ਉਹ ਉਲਟੀ ਫਿਰ ਉਹਨਾਂ ਨਾਲ ਨਾਮ ਦਾ ਖੰਡਾ ਚਲਾਉਣਾ ਲੋਹੇ ਦਾ ਨਹੀਂ ਖੰਡਾ ਚਲਾਉਣਾ ਇਹ ਜਿਹੜਾ ਅਕਾਲ ਤਖ਼ਤ ਹੈਗਾ ਇਹ ਨਿਰਮਲੇ ਸੰਤਾਂ ਲਈ ਹੈਗਾ ਚੌਥੇ ਪੰਥ ਦੇ ਤੇ ਜਿਹੜਾ ਹੈਗਾ ਆਪਣੇ ਹਰਿਮੰਦਰ ਹੈਗਾ ਉਹ ਸਿੱਖਾਂ ਭਗਤਾਂ ਲਈ ਹੈਗਾ ਭਗਤਾਂ ਤੇ ਸੰਤਾਂ ਨੂੰ ਉਹਦੇ ਰਾਮ ਦੇ ਗੁਣ ਗਾਉਂਦੇ ਨੇ ਇਹ ਖੱਤਰੀਆਂ ਨੇ ਜਦੋਂ ਸਤਿਗੁਰੂ ਤੇਗ ਬਹਾਦਰ ਜੀ ਆਏ ਸੀ ਛੇਵਾਂ ਸਤਿਗੁਰੂ ਉਹਦੇ ਮੂੰਹ 'ਚ ਦਰਵਾਜ਼ਾ ਮਾਰਿਆ ਜਾਂ ਦੌੜ ਜਾ ਤੇ ਉਹ ਫਿਰ ਚਲਾ ਗਿਆ ਸੀ ਆਪਣੇ ਪਟਨਾ ਸਾਹਿਬ ਤੇ ਉੱਥੇ ਉਹਨੇ ਪ੍ਰਚਾਰ ਕੀਤਾ ਫਿਰ ਜਦੋਂ ਇਹਨਾਂ ਨੇ ਕਲਯੁਗ ਦਾ ਖੂਬ ਬੰਦੇਰਾ ਖੱਤਰੀਆਂ ਨੇ ਕਰ ਲਿਆ ਨਾ ਖੱਤਰੀ ਮੁੱਲਾ ਬਣ ਕੇ ਤਾਂ ਪੈਸੇ ਦੇ ਯਾਰ ਨੇ ਉਹ ਖੱਤਰੀ ਤੇ ਕਿੱਦਾਂ 22 ਮੰਜੀਆਂ ਡਾਹ ਕੇ ਬਹਿ ਗਏ ਸੀ ਕਿ ਜਦੋਂ ਤੇਗ ਬਹਾਦਰ ਜੀ ਪ੍ਰਗਟ ਹੋਣਾ ਸੀਗਾ ਤੇ ਇਹ ਫਿਰ ਖੱਤਰੀਆਂ ਨੇ ਸਾਰੇ ਜਿਹੜੇ ਨਾ ਉਲਟੀਆਂ ਬਹੁਤ ਕੀਤੀਆਂ ਗੱਲਾਂ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਹੈਗਾ ਨਾਨਕ ਸਤਿਗੁਰੂ ਸੀਗਾ ਗੁਰੂ ਨਹੀਂ ਸੀਗਾ ਗੁਰੂ ਹੁੰਦਾ ਮਾਤਾ ਪਿਤਾ ਦੇ ਪੰਡਿਤ ਜਿਹੜਾ ਮੋਰਲ ਸਿੱਖਿਆ ਦੇਵੇ ਸਤਿਗੁਰੂ ਤੁਹਾਡੇ ਮਨ ਨੂੰ ਸਿੱਖਿਆ ਦਿੰਦਾ ਹੈਗਾ ਸਤ ਪੁਰਖ ਜਿਨ ਜਾਣਿਆ ਸਤਿਗੁਰੂ ਜਿਸ ਕਰਨਾ ਹੋ ਤੇ ਨਾਨਕ ਸਤਿਗੁਰੂ ਸੀਗਾ ਉਹ ਗੁਰੂ ਨਹੀਂ ਸੀਗਾ ਮੈਂ ਵੀ ਸਤਿਗੁਰੂ ਹੈਗਾ ਕਿ ਮੈਂ ਸੱਤ ਪੁਰਖ ਨੂੰ ਜਾਣਿਆ ਹੈਗਾ ਸਤਿਗੁਰੂ ਦੀਆਂ ਗੱਲਾਂ ਸਤਿਗੁਰੂ ਵੀ ਸਮਝੇ ਤੇ ਦੂਜੇ ਨਹੀਂ ਸਮਝ ਸਕਦੇ ਸਤਿਗੁਰੂ ਨੂੰ ਕ੍ਰਾਈਸਟ ਕਹੀਦਾ ਹੈਗਾ ਤੇ ਇਹਦਾ ਮੈਂ ਕਰ ਰਿਹਾ ਹੁਣ ਜਿਹੜੇ ਸਤਿਗੁਰੂ ਅਮਰਦੇਵ ਜੀ ਦੇ ਸਲੋਕ ਮਹਲਾ ਤੀਜਾ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੂਆ ਸਿਆ ਇਹਨੂੰ ਮਨ ਨੂੰ ਮੰਨਦੇ ਹੈਗਾ ਇਹ ਬਾਣੀ ਸਾਰੀ ਲੱਗਦੀ ਮਨ ਜਿਹੜਾ ਹੈਗਾ ਇਹ ਕਾਲਾ ਹੈਗਾ ਸਿਆਹ ਹੋਇਆ ਇਹਨੂੰ ਫਿਰ ਮਨ ਨੂੰ ਕਿੱਦਾਂ ਧੋਣਾ ਹੈਗਾ ਆਹ ਜਿਹੜਾ ਜਿਸਮ ਹੈਗਾ ਖੱਲੜੀ ਇਹਨੂੰ ਧੋਤਿਆ ਨੀ ਉਹ ਮੈਲ ਉਤਰਦੀ ਅੱਗੇ ਲਿਖਦੇ ਨੇ ਖੱਲੜੀ ਧੋਤੀ ਉਜਲੀ ਨਾ ਹੋਏ ਖੱਲੜੀ ਦਾ ਮਤਲਬ ਇਹ ਨਹੀਂ ਹੈਗਾ ਉਹ ਜਿਹੜੀ ਕੁੱਲੂ ਜਿਹੜੇ ਫੇਰਦੇ ਤਾਂ ਫਲਾਨਾ ਕਰਦੇ ਨੇ ਇਹ ਗਲਤ ਹੈਗਾ ਆਹ ਖਾਲ ਲੈਗੀ ਜਿਹੜੇ ਜਾਂਦੇ ਵੀ ਪੰਡਿਤ ਕਹਿੰਦਾ ਗੰਗਾ ਨਾ ਕਿਆ ਫਲਾਨੀ ਜਗ੍ਹਾ ਨਾ ਕਿਆ ਜਿੱਦਾਂ ਸਤਿਗੁਰੂ ਅਮਰਦੇਵ ਜੀ ਜਿਹੜੇ ਸੀਗੇ ਉਹ ਜਾਂਦੇ ਸੀਗੇ ਕਿਸੇ ਉਹ ਫਲਾਨੀ ਗੰਗਾ 'ਚ ਨਾ ਕਿਆ ਹੋਈ ਜੀ ਫਲਾਨੀ ਜਗ੍ਹਾ ਨਾ ਕਿਆ ਹੋਈ ਜੀ ਇਹਦੇ ਨਾਲ ਧੋਤਿਆ ਨਹੀਂ ਉਹ ਮਨ ਦੀ ਮੈਲ ਲੱਗੀ ਮਨ ਦੀ ਮੈਲ ਹੀ ਤਾਂ ਮਨ ਦਾ ਸਾਬਣ ਚਾਹੀਦਾ ਹੈਗਾ ਇਹ ਕੱਪੜੇ ਧੋਣ ਵਾਲਾ ਸਾਬਣ ਨਹੀਂ ਚਾਹੀਦਾ ਹੈਗਾ ਕਲੜੀ ਧੋਤੀ ਉੱਜਲ ਨਾ ਹੋਵੇ ਜੇ ਸ਼ੋ ਧੋਣ ਭਾ ਮੈਂ ਬਹੁਤ ਇਹਨੂੰ ਕੁੱਟ ਕੁੱਟ ਕੇ ਇਹਨੂੰ ਧੋਣ ਤਦ ਵੀ ਨਹੀਂ ਹੁੰਦੀ ਸਾਫ਼ ਇਹ ਯਾਨੀ ਕਿ ਜਿੰਨੇ ਮਰਜ਼ੀ ਤੁਸੀਂ ਕਰੇ ਉੱਥੇ ਆਪਣੇ ਚਲੇ ਜਾਓ ਸਥਾਨਾਂ 'ਤੇ ਨਹਾਇਆ ਉਹ 'ਤੇ ਫਲਾਨਾ ਕਰੋ ਗੁਰ ਪ੍ਰਸਾਦੀ ਜੀਵੋਏ ਜੀਵਤ ਮਰੇ ਗੁਰ ਹੁੰਦਾ ਢੰਗ ਕਈ ਦਿਨ ਆਹ ਸਵਾਲ ਕਰਨਾ ਇਹਦਾ ਗੁਰ ਕੀ ਹੈਗਾ ਇਹ ਉਹ ਗੁਰ ਹੈਗਾ ਗੁਰ ਕੀ ਹੈਗਾ ਲੋਜੀਕਲ ਰੀਜਨਿੰਗ ਲੋਜੀਕਲ ਰੀਜਨਿੰਗ ਦੀ ਐਂਡ ਪ੍ਰੋਡਕਟ ਜਿਹੜੀ ਹੁੰਦੀ ਪ੍ਰਸਾਦ ਉਹ ਲੋਗੋ ਹੈਗਾ ਉਹਦਾ ਵਰਡ ਇਹ ਗੁਰ ਪ੍ਰਸਾਦੀ ਯਾਨੀ ਗੁਰ ਦਾ ਜਿਹੜਾ ਪ੍ਰਸਾਦ ਹੈਗਾ ਜਿਹੜੀ ਕਿ ਲੋਗੋ ਇਸ ਵਰਡ ਉਹ ਸਾਬਣ ਹੈਗਾ ਜਿਹੜੀ ਕਿ ਮਨ ਨੂੰ ਧੋਏਗਾ ਜੀਵਤ ਮਰੇ ਉਲਟੀ ਹੋਏ ਮਤ ਬਦਲਾ ਜਿਹੜੀ ਜੀਵਤ ਜਿਹੜਾ ਹੈਗਾ ਆਦਮੀ ਮਰ ਜਾਂਦਾ ਹੈਗਾ ਯਾਨੀ ਕਿ ਹੋਣੇ ਜਾਂਦੀ ਰਹਿੰਦੀ ਹੈਗੀ
ਉਹ ਫਿਰ ਨਿਮਾਣਾ ਬਣ ਜਾਂਦਾ ਹੈਗਾ, ਸੇਵਾਦਾਰ, ਜਿਹਦਾ ਭਾਈ ਕਨੇਜਾ ਜੀ ਸੀਗੇ। ਤੇ ਫਿਰ ਜਿਹੜੀ ਮੱਥ ਹੈਗੀ ਉਲਟੀ ਹੋ ਜਾਂਦੀ, ਯਾਨੀ ਕਿ ਤੁਹਾਡੇ ਕੋਈ ਥੱਪੜ ਮਾਰੇ ਤੁਸੀਂ ਦੂਜੀ ਗੱਲ ਕਰਦੇ ਆ। ਜਦੋਂ ਹੋਮੇ ਚ ਹੁੰਦੇ ਆ, ਜਦੋਂ ਕੋਈ ਥੱਪੜ ਮਾਰੇ ਚਾਰ ਮਾਰਦੇ ਆ ਅੰਡੇ ਦੇ ਤੁਸੀਂ, ਯਾਨੀ ਹਿੰਦੂ ਜਿਹੜਾ ਹੈਗਾ ਉਹ ਬ੍ਰਹਮ ਜਿਹੜਾ ਉਹਦੀ ਹੋਮੇ ਉੱਚੀ ਕਰਦਾ ਹੈਗਾ। ਤੇ ਸਿੱਖ ਚ ਹੈਗਾ ਹੋਮੇ ਨੀਵੀਂ ਕਰਨੀ ਹੈਗੀ, ਤੁਸੀਂ ਆਪਣੀ ਮੱਤ ਉੱਚੀ ਕਰਨੀ ਹੈਗੀ। ਬਸ ਇਹਦੇ ਉਲਟੀ ਹੋ ਜਾਂਦੀ, ਯਾਨੀ ਕਿ ਉਹਦੇ ਨਾਲ ਜਿਹੜਾ ਜੋ ਚੀਜ਼ ਹਿੰਦੂ ਨੇ ਕਰਨੀ ਸਿੱਖ ਨੇ ਉਲਟ ਕਰਨੀ ਹੈਗੀ। ਨਾਨਕ ਮੈਲ ਨਾ ਲੱਗ ਗਈ ਨਾ ਫਿਰ ਜੂਨੀ ਪਾਏ, ਜਦੋਂ ਉਲਟੀ ਹੋ ਜਾਏ ਮੱਤ ਤੇ ਆਪਣੇ ਰਾਮ ਰਾਜੇ ਚ ਵੜ ਜਾਏ, ਜਿਹੜਾ ਕਿ ਆਹ ਹੈਗਾ ਰਾਮ ਰਾਜੇ। ਤੇ ਜਦੋਂ ਰਾਮ ਰਾਜੇ ਚ ਵੜ ਗਿਆ, ਏਕ ਪਿਤਾ ਹਾਂ ਬਾਰੇ ਪੁੱਛੇ, ਜਿੱਦਾਂ ਦਾ ਪਿਓ ਉਦਾਂ ਦਾ ਪੁੱਤਰ, ਪਿਓ ਜਿਹੜਾ ਹੈਗਾ ਅਟਰਨਲ ਹੈਗਾ, ਏਦਾਂ ਹੀ ਪੁੱਤਰ ਅਟਰਨਲ ਹੈਗਾ, ਉਹਨੂੰ ਫਿਰ ਜਨਮ ਮਰਨ ਵਿੱਚ ਨਹੀਂ ਆਉਂਦਾ, ਉਹਦੀ ਮੁਕਤੀ ਹੋ ਜਾਂਦੀ ਹੈ। ਜਿੱਦਾਂ ਦਾ ਪਿਓ ਉਦਾਂ ਦਾ ਪੁੱਤਰ, ਇੱਥੇ ਪਿਓ ਹੈਗਾ ਜੰਮਦਾ ਹੈਗਾ ਤੇ ਮਰਦਾ ਹੈਗਾ, ਉਦਾਂ ਦਾ ਪੁੱਤਰ ਮਰਦਾ ਹੈਗਾ, ਜੰਮਦਾ ਮਰਦਾ, ਇੱਥੇ ਜਨਮ ਮਰਨ ਕੁੱਟ ਜਾਂਦਾ ਹੈਗਾ। ਗੁਰਪ੍ਰਸਾਦੀ ਜੀਵਤ ਮਰੇ ਉਲਟੀ ਹੋਵੇ ਮਤ, ਮਤ ਬਦਲਾ ਬਦਲ ਗਈ ਮਤ, ਨਾਨਕ ਮੈਲ ਨਾ ਲੱਗੀਏ ਨਾ ਫਿਰ ਜੂਨੀ ਪਾਏ। ਉੱਥੇ ਜਿਹੜਾ ਰਾਮ ਰਾਜੇ ਤੇ ਤੁਸੀਂ ਹਮੇਸ਼ਾ ਲੋਜੀਕਲੀ ਬੋਲਦੇ ਆ, ਲੋਜੀਕਲੀ ਬੋਲੋਗੇ ਤਾਂ ਉਹ ਫਿਰ ਪਾਰ ਬ੍ਰਹਮ ਦੀ ਤੁਸੀਂ ਬੋਲੀ ਬੋਲ ਰਹੇ ਗੇ, ਉਹਦੇ ਪੁੱਤਰ ਹੈਗੇ, ਉਹਦਾ ਨਿਸ਼ਾਨ ਹੈਗੇ, ਉਹਦੇ ਗੁਣ ਗਾਓਗੇ, ਤੇ ਫਿਰ ਉਹ ਮੈਲ ਨਹੀਂ ਲੱਗਦੀ, ਮਨ ਧੋਤਾ ਜਾਂਦਾ ਹੈਗਾ। ਜੇ ਮਨ ਨੂੰ ਮੈਲ ਲੱਗੀ ਹੋਵੇ ਤੇ ਆਦਮੀ ਜਿਹੜਾ ਲਾਲਚੀ ਹੁੰਦਾ, ਠੱਗਦਾ ਹੈਗਾ ਨਾ, ਜਿੱਦਾਂ ਖੱਤਰੀ ਸੀਗੇ, ਜਦੋਂ ਸਤਿਗੁਰੂ ਤੇਗ ਬਹਾਦਰ ਜੀ ਪ੍ਰਗਟ ਹੋਏ 22 ਮੰਜੀਆਂ ਡਾਹ ਕੇ ਬਹਿ ਗਿਆ ਸੀ ਉਸ ਪਿੰਡ ਵਿੱਚ, ਉਹਨਾਂ ਦੇ ਮਨ ਨੂੰ ਜਿਹੜੀ ਮੈਲ ਲੱਗੀ ਉਹ ਨਹੀਂ ਧੋਤੀ ਜਾ ਸਕਦੀ। ਜੇ ਧੋਤੀ ਦਾ ਜੇ ਉਹਦੇ ਪੁੱਤਰ ਬਣਨ, ਪਰ ਉਹ ਹੈਗੇ ਸ਼ੈਤਾਨ ਦੇ ਪੁੱਤਰ ਜਿਹੜਾ ਹੈਗਾ, ਉਹਦੀ ਕਿੱਦਾਂ ਧੋਤੀ ਜਾਊਗੀ। ਚੋਂ ਜੁਣੀ ਕਲ ਕਾਲੀ ਕਾਂਡੀ, ਇੱਕ ਉੱਤਮ ਪਦਵੀ ਇਸ ਯੁੱਗ ਮਾਹੇ, ਇਹ ਜਿਹੜਾ ਹੈਗਾ ਕਾਲੀ ਹੋ ਜਾਂਦੀ ਹੈ ਜਿਹੜੀ ਕਾਂਡੀ, ਕਾਂਡੀ ਜਿਹੜਾ ਕੰਜੇ ਦੀ ਇੱਥੇ ਰੂਹ ਰਹਿੰਦੀ ਹੈ, ਚੋਂ ਯੁਗਾਂ ਚ ਇਹ ਕਾਲੀ ਹੁੰਦੀ ਹੈਗੀ। ਕਲਯੁਗ ਚ ਇਹ ਜੇ ਤੁਸੀਂ ਪਾਓ ਇਹ ਪਦਵੀ, ਯਾਨੀ ਕਿ ਉਲਟੀ ਕਰ ਲਓ ਤੇ ਆਪਣੇ ਰਾਮ ਰਾਜੇ ਚ ਵੜ ਜਾਓ, ਤੇ ਇਸ ਯੁੱਗ ਮਾਹੇ ਇਹ ਸਾਰਿਆਂ ਨਾਲ ਉੱਤਮ ਹੈਗੀ ਜਿਹੜਾ ਯੁੱਗ ਹੈਗਾ, ਕਲਯੁਗ ਸਾਰਿਆਂ ਨਾਲ ਉੱਤਮ ਯੁੱਗ ਹੈਗਾ, ਕਿ ਇੱਥੇ ਤੁਸੀਂ ਪਾਰ ਬ੍ਰਹਮ ਨੂੰ ਪਾ ਸਕਦੇ ਹੈਗੇ। ਗੁਰਮੁਖ ਹਰ ਕੀ ਹਰ ਕੀਰਤ ਫਲ ਪਾਏ ਪਾਈਏ, ਗੁਰਮੁਖ ਜਿਹੜਾ ਹੈਗਾ ਗੁਰ ਤੇ ਮੁਖ, ਇਹ ਹੈਗਾ ਗੁਰ ਨਾਲ ਜਿਹੜਾ ਆਦਮੀ ਬੋਲਦਾ ਉਹ ਜਿਹੜਾ ਹੈਗਾ ਮਾਇਆ ਤੋਂ ਰਹਿਤ ਹੁੰਦਾ ਹੈਗਾ, ਉਹਨੂੰ ਜਿਹੜਾ ਹੈਗਾ ਨਾ ਮਾਇਆ ਦੀ ਉਹਨੂੰ ਕੁਛ ਚਾਹੀਦੀ। ਜਿਹੜਾ ਗੁਰਮੁਖ ਹੁੰਦੇ ਨੇ ਉਹ ਗੁਰ ਨਾਲ ਉਹ ਮੂੰਹੋਂ ਬੋਲਦੇ ਨੇ, ਯਾਨੀ ਕਿ ਉਹਦੀ ਬਾਣੀ ਬੋਲਦੀ ਹਮੇਸ਼ਾ। ਹਰ ਕੀਰਤ ਉਹ ਹਰ ਦਾ ਕੀਰਤਨ ਹੀ ਗਾਉਂਦੇ ਰਹਿੰਦੇ, ਫਲ ਪਾਏਗੇ ਉਹ ਫਲ ਉਹਦਾ ਪਾਉਂਦੇ ਹਰ ਦਾ ਕੀਰਤਨ ਗਾ ਕੇ। ਜਿਨ ਕੋ ਹਰ ਲਿਖੇ ਪਾਹੇ, ਜਿਹਨੂੰ ਹਰ ਪਾਰ ਪਰਮਾਤਮਾ ਨੇ ਲਿਖਿਆ ਹੋਇਆ ਉਹਦੀ ਕਿਸਮਤ ਵਿੱਚ, ਨਾਨਕ ਗੁਰ ਪ੍ਰਸਾਦੀ ਅਮਦਿਨ ਭਗਤ, ਹਰ ਉਚਰੇ ਹਰ ਭਗਤੀ ਮਾਹੇ ਸਮਾਹੇ। ਜਿਹੜਾ ਹੈਗਾ ਗੁਰਮੁਖ ਹੈਗਾ ਨਾਨ, ਉਹ ਦਿਨ ਰਾਤ ਜਦੋਂ ਬੋਲਦਾ ਹੈਗਾ ਗੁਰ ਨਾਲ ਬੋਲਣ ਕਰਕੇ ਉਹਦੀ ਬੋਲੀ ਬੋਲੀ ਜਾਂਦਾ ਹੈਗਾ। ਇਹ ਨਹੀਂ ਲਿਖਿਆ ਨਹੀਂ ਜਾਂਦਾ ਜਿਹੜਾ ਬਾਣੀ ਵੀ ਤੁਸੀਂ ਆਦਿ ਗ੍ਰੰਥ ਜਾਂ ਫਲਾਨੇ ਚ ਲਿਖਿਆ ਉਹ ਤੁਸੀਂ ਬੋਲੀ ਜਾਓ, ਉਹ ਨਹੀਂ।
ਆਪਣੀ ਤੁਸੀਂ ਬੋਲੀ ਬੋਲੋ ਗੁਰਲਾ, ਉਹ ਹੈਗਾ ਉਹਦਾ ਸ਼ਬਦ, ਤੇ ਉਹਦੇ ਨਾਲ ਤੁਸੀਂ ਫਿਰ ਧੋਤੇ ਰਹਿੰਦੇ, ਮਸਤ ਰਹਿੰਦੇ ਆ। ਨਾਨਕ ਗੁਰ ਪ੍ਰਸਾਦੀ ਆਂਦਿਨ, ਆਂਦਿਨ ਮੈਂ ਦਿਨ ਰਾਤ, ਭਗਤ ਹਰ ਉਚਰੇ ਹਰ ਭਗਤੀ ਮਾਹੇ ਸਮਾਏ, ਉਹ ਹਰ ਭਗਤੀ ਦੇ ਵਿੱਚ ਉਹ ਸਮਾਇਆ ਰਹਿੰਦਾ ਹੈਗਾ, ਯਾਨੀ ਉਹਨੂੰ ਇਸ ਮਾਇਆ ਦੀ ਕੋਈ ਨਹੀਂ ਪੈਂਦੀ, ਖਿੱਚ ਨਹੀਂ ਪੈਂਦੀ ਪੌੜੀ। ਹਰ ਹਰ ਮੈਲ ਸਾਧ ਜਨ ਸੰਗਤ, ਹਰ ਹਰ ਦੀ ਜਿਹੜੀ ਮੈਲ ਹੈਗੀ ਨਾ, ਜਿਹੜੀ ਮਨ ਨੂੰ, ਉਹ ਜਿਹੜੀ ਵੀ ਸਾਧ ਦੀ ਸੰਗਤ ਚ ਕਰੋ ਤੁਸੀਂ, ਸਾਧੂਆਂ ਦੀ, ਸਾਧੂਆਂ ਦੀ ਜੀਭ ਉੱਤੇ ਹੈਗਾ ਨਾਮ ਉਹਦਾ। ਮੁੱਖ ਬੋਲੀ ਹਰ ਹਰ ਬਲੀ ਬਾਣ, ਫਿਰ ਤੁਸੀਂ ਮੁੱਖੋਂ ਬੋਲੋਗੇ ਉਹਦੇ ਬਾਣ ਨਾਲ, ਉਹਦੇ ਸ਼ਬਦ। ਹਰ ਗੁਣ ਗਾਵੀਏ ਗਾਵਾ ਹਰ ਨਿਤ ਚਾਵਾ, ਹਰ ਗੁਣ ਉਹਦੇ ਗਾਓਗੇ ਤਾਂ ਤੁਹਾਨੂੰ ਉਹਦਾ ਨਿਤ ਉਹਦਾ ਚਾਅ ਹੋਏਗਾ, ਤੁਹਾਡੇ ਦਿਲ ਚ ਹੋਰ ਹੋਰ ਚਾਹ ਆਏਗਾ। ਗੁਰਮਤੀ ਹਰ ਰੰਗ ਸਦਾ ਮਾਨ, ਗੁਰਮਤੀ ਗੁਰ ਦੀ ਮਤ ਨਾਲ, ਗੁਰੂ ਨਹੀਂ ਗੁਰ ਹੁੰਦਾ ਤਰੀਕੇ ਦੇ ਨਾਲ, ਲੌਜੀਕਲ ਰੀਜਨਿੰਗ, ਉਹ ਮਤ ਵਰਤਣੀ ਹੈਗੀ। ਤੇ ਤੁਸੀਂ ਹਰ ਰੰਗ ਸਦਾ ਮਾਨ, ਉਹਦਾ ਫਿਰ ਤੁਹਾਨੂੰ ਰੰਗ ਚੜ ਜਾਂਦਾ ਹੈਗਾ ਹਰ ਦਾ। ਹਰ ਜਪ ਜਪ ਔਖਦ ਖਾਇਆ ਖਾਧਿਆ, ਸਭ ਰੋਗ ਗਵਾਤੇ ਦੁੱਖਾ ਗਾਨ। ਇਹ ਜਿਹੜਾ ਹਰ ਹਰ ਦਾ ਹੈਗਾ, ਇਹ ਔਖਦ ਹੈਗਾ, ਔਖਾ ਹੈਗਾ ਕਹਿਣਾ, ਹਰ ਇੱਕ ਨਹੀਂ ਉਚਾਰ ਸਕਦਾ। ਤੇ ਲੋਕੀ ਜਿਹੜੇ ਹੈਗੇ ਨੇ, ਇਹ ਜਿਹੜੇ ਕੂੜ ਦੇ ਮਗਰ ਲੱਗ ਜਾਂਦੇ ਨੇ। ਕੂੜ ਹੈਗਾ ਮਿੱਠਾ, ਮਾਖੀ ਮਿੱਠਾ, ਜਿਹੜੇ ਲੋਕ ਮਨਮੁੱਖ ਹੈਗੇ ਨੇ, ਉਹ ਕੂੜ ਬੋਲ ਕੇ ਉਹਨਾਂ ਨੂੰ ਮਗਰ ਲਾ ਲੈਂਦੇ ਨੇ। ਉਹ ਫਿਰ ਤੁਸੀਂ ਬੋਲੋਗੇ ਨਾ ਸੱਤ, ਉਹ ਕਹਿਣਗੇ ਇਹ ਕਮਲਾ ਹੈਗਾ, ਤੇ ਤੁਹਾਨੂੰ ਏਦਾਂ ਉਹ ਕਹਿਣਗੇ ਵੀ ਇਹ ਹਟ ਜਾਵੇ। ਇਹ ਔਖਦ ਹੈਗਾ ਵੀ ਨਿੱਜੇ ਨਿਆਰਾ ਹੋਣਾ ਚਾਹੀਦਾ, ਵੀ ਨਿਆਰਾ ਨਿਆਰਾ ਰਹੇ ਤਾਂ ਤਦੇ ਹੀ ਉਹ ਫਿਰ ਬੋਲ ਸਕਦਾ ਹੈਗਾ। ਖਾਧਿਆ ਨਿਆਰਾ ਹੋ ਕੇ ਖਾਧੇ, ਰਾਮ ਰਾਜੇ ਚ ਨਿਆਰਾ ਆਦਮੀ ਵੜਦਾ ਹੈਗਾ, ਯਾਨੀ ਕਿ ਉੱਥੇ ਰਹੋ ਰਾਮ ਰਾਜੇ ਚ, ਥੱਲੇ ਨਾ ਆਓ ਤੁਸੀਂ, ਲੋਕਾਂ ਦੇ ਵਿੱਚ ਨਾ ਆਵੋ। ਸਭ ਰੋਗ ਗਾਵਤੇ ਦੁੱਖ ਗਾਨ, ਸਾਰੇ ਰੋਗ ਜਿਹੜੇ ਤੁਹਾਡੇ ਉਹ ਹੈਗੇ ਨੇ, ਮਨ ਨੂੰ ਲੱਗੇ ਨਾ, ਤਨ ਨੂੰ ਨੀ ਮਨ ਨੂੰ, ਫਿਕਰ ਫੁਕਰ ਹੈਗੇ ਸਭ ਉਹ ਚਲੇ ਜਾਂਦੇ ਹੈਗੇ ਨੇ। ਜਿਨ੍ਹਾਂ ਸਾਸ ਗਿਰਾਸਨ ਵਿਸਰੇ, ਸਹਿ ਹਰ ਜਨ ਪੂਰੇ ਸਹੀ ਜਾਨ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੇ, ਜਿਨ੍ਹਾਂ ਨੂੰ ਜਿਹੜਾ ਹਰ ਦਿਨ ਰਾਤ ਸਾਹ ਹਰ ਸਾਹ ਦੇ ਨਾਲ ਜਿਨ੍ਹਾਂ ਨੂੰ ਵਿਸਰੇ ਨਾ ਪਾਰ ਬ੍ਰਹਮ, ਜਨ ਪੂਰੀ ਸਹੀ ਜਾਨ, ਉਹ ਪੂਰੀ ਸਹੀ ਜਾਨ ਉਹਦੀ ਜਾਨ ਜਾਣਦੇ ਨੇ, ਉਹਨੂੰ ਪਛਾਣਦੇ ਨੇ ਕਿ ਉਹਦੀ ਪਛਾਣ ਜਿਹੜੀ ਹੈਗੀ ਉਹਦੇ ਗੁਣਾਂ ਨਾਲ ਹੈਗੀ। ਉਹ ਗੁਣ ਹੈਗੇ ਨੇ ਲੌਜੀਕਲ ਰੀਜਨਿੰਗ, ਉਹਦੀ ਬਾਣੀ ਲੋਗੋ। ਜੋ ਗੁਰਮੁਖ ਹਰ ਅਰਾਧੇ, ਜੋ ਗੁਰਮੁਖ ਹਰ ਜਿਹੜਾ ਗੁਰਮੁਖ ਹੈਗਾ ਉਹ ਹਰ ਦੇ ਗੀਤ ਗਾਉਂਦਾ ਹੈਗਾ। ਤਿੰਨ ਚੁੱਕੀ ਜੰਮ ਕੀ ਜਗਤ ਕਾਨ, ਉਹਨੂੰ ਜੰਮਦੀ ਜਿਹੜੀ ਹੈ ਵੀ ਮੈਂ ਜਨਮ ਤੇ ਮਰਨ ਦਾ ਜਿਹੜਾ ਹੈਗਾ ਉਹ ਚੁੱਕਿਆ ਜਾਂਦਾ ਹੈਗਾ, ਉਹਨੂੰ ਫਿਰ ਆਪ ਆ ਕੇ ਪਾਰ ਬ੍ਰਹਮ ਲੈ ਕੇ ਜਾਂਦਾ ਹੈਗਾ, ਆ ਤੈਨੂੰ ਘਰ ਆਪਣੇ ਲੈ ਕੇ ਜਾਂਦਾ। ਤੋ ਪਾਰ ਬ੍ਰਹਮ ਜਿਹੜਾ ਹੈਗਾ ਤੁਹਾਡੇ ਨਾਲ ਜਾਂਦਾ ਹੈਗਾ, ਜਿੱਦਾਂ ਉਹਨੇ ਸਤਿਗੁਰੂ ਨਾਨਕ ਦੇਵ ਜੀ ਨੇ ਉਹਨੂੰ ਕਿਹਾ ਸੀ ਨਾ, ਉਹਦਾ ਜਿਹੜਾ ਠੱਗ ਤੇ ਜਿਹੜਾ ਮਾਰ ਕੇ ਤੇ ਲੋਕਾਂ ਨੂੰ ਤੇ ਉਹ ਏਦਾਂ ਨਾਲ ਉਹ ਜਾਂਦਾ ਹੈਗਾ। ਇਹ ਹੁੰਦਾ ਸਾਥੀ ਜਿਹੜਾ ਹੁੰਦਾ ਆਪਣੇ ਤੁਹਾਡਾ ਦੋਸਤ। ਤੇ ਸ਼ਲੋਕ ਮਹਲਾ ਤੀਜਾ, ਅੱਛਾ ਇਹ ਖਤਮ ਹੋ ਗਿਆ ਇੱਥੇ।
ਚਲੋ ਬਾਕੀ ਹੈਗਾ ਸਾਰੀਆਂ ਚੀਜ਼ਾਂ ਤੁਹਾਨੂੰ ਆਪ ਬ੍ਰਹਮ ਤੋਂ ਮਿਲਦੀਆਂ ਹੈਗੀਆਂ ਜੀ। ਲੋਕ ਜਿਹੜੇ ਹੈਗੇ ਜਿਹਨਾਂ ਨੇ ਇਹਨਾਂ ਦੇ ਟੀਕੇ ਟੂਕੇ ਕੀਤੇ ਹੋਏ ਨੇ ਉਹ ਪੈਸੇ ਲੈਂਦੇ ਨੇ। ਜਿਹਦਾ ਖੱਤਰੀ ਨੇ ਆ ਜਿਹੜਾ ਸਾਹਿਬ ਸਿੰਘ ਦਾ ਟੀਕਾ ਹੈਗਾ ਇਹ ਅਰੋੜਾ ਸੀਗਾ। ਅਰੋੜੇ ਤੇ ਖੱਤਰੀ ਜਿਹੜੇ ਨੇ ਇੱਕ ਨੰਬਰ ਦੇ ਸ਼ੈਤਾਨ ਹੈਗੇ ਨੇ, ਇਹਨਾਂ ਨੂੰ ਨੀ ਬਾਣੀ ਆ ਸਕਦੀ। ਇਹ ਹਰ ਨੂੰ ਹਰੀ ਕਹੀ ਜਾਂਦਾ ਹੈਗਾ, ਹਰੀ ਓਮ ਸ਼ਾਂਤੀ ਤੂੰ ਹਰ ਇੱਕ ਓਮਕਾਰ ਬਣਿਆ। ਤੇ ਇਹ ਜਿਹੜਾ ਹਰੀ ਹੈਗਾ ਇਹ ਹਿੰਦੂਆਂ ਦਾ ਹੈਗਾ, ਹਰ ਹੈਗਾ ਸਿੱਖਾਂ ਲਈ। ਤੇ ਇਹਨੂੰ ਇਹ ਨੀ ਪਤਾ ਤੇ ਬਾਕੀ ਅਲਫ ਨੀ ਆਉਂਦਾ ਤੇ ਬੇ ਕਿਧਰੋਂ ਆ ਜਾਏਗਾ। ਮੈਨੇ ਜ਼ਰੂਰ ਕਰ ਦੇਗਾ ਇਹਦੇ ਜਿਹੜਾ ਦੱਸ ਦੇਗਾ, ਪਰ ਉਹ ਵੀ ਜਿਹੜੇ ਮੈਨੇ ਕਰਦਾ ਉਹ ਵੀ ਤੁਸੀਂ ਬੜੇ ਧਿਆਨ ਨਾਲ ਕਿ ਜਿੱਦਾਂ ਇਹ ਖਲੜੀ ਨੂੰ ਜੂਆ ਕਹੀ ਜਾਂਦਾ ਹੈ, ਜਿਹੜਾ ਆਪਣੇ ਤੇਲੀ ਦੀ ਹੁੰਦਾ ਤੇਲੀ ਦੀ ਹੁੰਦੀ ਨਾ ਖਲੀੜ, ਉਹਨੂੰ ਕਹੀ ਜਾਂਦਾ ਖਲੜੀ।